सो नर भय महाराज की ऐसा चाहूं राज मैं जहां मिले सबन को अन्न छोट बड़े सब सम बसे रविदास रहे प्रसन्न बहुत जन्म बिछड़े थे माधो ये जन्म तुम्हारे लेख कह रविदास आस लग जीवो चिर पयो दर्शन देखे कह रविदास आस लग जीवो चिर पयो दर्शन देखे तन तन जगत पिता सतगुरु रविदास महाराज जी दी अपार कृपा सदका गुरु घर दियां लाडलियां संगतां वालों जो हर रोज गुरु घर तो प्रभात फेरी आरंभ हुंदी है और संगतां सतगुरु रविदास महाराज जी दी बाणी दा गुणगान करदियां हन। सतगुरु जी बाणी दे विच लिखे जन के मुख पवित्र होता है गुण गावत दीन दयाल सर्व कटा पर पूरे अंतर जमी पाल। जदों असी सतगुरां दे गुण गाने हां साडा मुख पवित्र हो जांदा है जीबा पवित्र हो जांदी है और सतगुरु रविदास महाराज जी लिखते हैं अपनी बाणी दे विच फरमाते हैं जीबा सो ओंकार जप हतम सो करकार राम लेकर आई कर कह रविदास विचार। सतगुरु जी फरमाते हैं कि भाई जीबा दे नाल उस परमात्मा का नाम जपना सेवा सिमरन कमाई करनी हाथां दे नाल अपना काम कार करना कि कोई कहा कि काम छड के परमात्मा मिल जाएगा जंगलों पहाड़ों के विचों मिल जाएगा। सतगुरु रविदास महाराज जी ये वहम भरम दूर करते हैं कि बाहर कितने तीर्थ स्थानां ते धार्मिक स्थाना ते नहीं परमात्मा तुहाडे अंदर बैठा है और मिलना किदा है काम मथुरा का द्वारका का काशी हरिद्वार रविदास खुजिया दिल अपना तो मिलिया जांदा कहिंदे ना किते जाण दी लोड़ है सिर्फ अपने हिरदे दे विच उस परमात्मा नूं देखण दी लोड़ है अपने हथां दे नाल काम कार करती हुई क्योंकि काम बहुत जरूरी है। सतगुरु जी नूं पता सी कि साडा जिहड़ा समाज है मेरा समाज है वह बहुत गरीब है जे परमात्मा दे चक्कर दे विच पै गए कि उहनूं लभण कृपा तां नहीं मिलना। इस करके सतगुरु रविदास मारे फरमा रहे हैं कि भाई परमात्मा तुहाडे हिरदे दे विच है ਉਹਨੂੰ ਦੇਖਣ ਦੀ ਲੋੜ ਹੈ। ਜੀਬਾਂ ਸੋ ਓਂਕਾਰ ਜਪ ਹਤਨ ਸੋ ਕਰਕਾਰ ਰਾਮ ਮਿਲੇ ਕਰ ਆਈ ਕਰ ਕਹਿ ਰਵਿਦਾਸ ਵਿਚਾਰ। ਵਿਚਾਰ ਕੌਣ ਕਰ ਸਕਦਾ ਹੈ? ਵਿਚਾਰ ਕਰਨ ਦਾ ਮਤਲਬ ਹੁੰਦਾ ਕਿ ਸਮਝਾਉਣਾ ਦੱਸਣਾ ਆਪਣਾ ਤਜਰਬਾ ਦੱਸਣਾ। ਹੁਣ ਆਪਾਂ ਇੱਥੋਂ ਕਿਤੇ ਲੁਧਿਆਣੇ ਜਾਣਾ ਹੋਵੇ ਜੇ ਆਪਾਂ ਨੂੰ ਰਸਤਾ ਪਤਾ ਹੋਵੇਗਾ ਤਾਂ ਹੀ ਆਪਾਂ ਜਾ ਸਕਦੇ ਹਾਂ।
ਜਾਂ ਫਿਰ ਜਿਹੜਾ ਪਹਿਲਾਂ ਕੋਈ ਸ਼ਖਸ ਗਿਆ ਹੋਵੇ ਆਪਾਂ ਉਹਨੂੰ ਪੁੱਛਾਂਗੇ ਵੀ ਭਾਈ ਲੁਧਿਆਣੇ ਜਾਣਾ ਕਿਵੇਂ ਹੈ ਤੇ ਜੇ ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਲੁਧਿਆਣਾ ਦਾ ਰਸਤਾ ਕਿਹੜਾ ਹੈ ਤੇ ਆਪਾਂ ਜਾਵਾਂਗੇ ਕਿਵੇਂ ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਸਮਾਰੇ ਸਮਝਾ ਰਹੇ ਨੇ ਆਪਣੀ ਬਾਣੀ ਰਾਹੀਂ ਵਿਚਾਰ ਦੇ ਰਹੇ ਨੇ ਕਿ ਭਾਈ ਉਸ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਉਸ ਪਰਮਾਤਮਾ ਨੂੰ ਵੀ ਪਾਇਆ ਜਾ ਸਕਦਾ ਸਤਿਗੁਰਾਂ ਦੇ ਲੜ ਲੱਗ ਕੇ ਸਤਿਗੁਰਾਂ ਦਾ ਨਾਮ ਆਪਣੇ ਰਹਿਵਰ ਦਾ ਨਾਮ ਜਪ ਕੇ ਸੇਵਾ ਸਿਮਰਨ ਕਮਾਈ ਕਰਕੇ ਅਸੀਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ ਆਦ ਆਪਣੇ ਇਸ਼ਟ ਕੀ ਮਨ ਮੇ ਤਰੀਏ ਆਸ ਔਰ ਦੇਵ ਨਾ ਪੂਜੀਏ ਪੂਜੀਏ ਗੁਰੂ ਰਵਿਦਾਸ ਕਿ ਸਾਨੂੰ ਹੋਰ ਕਿਸੇ ਨੂੰ ਮੰਨਣ ਦੀ ਜਾ ਲੋੜ ਨਹੀਂ ਹੈ ਸਾਡਾ ਰਹਿਵਰ ਰਾਜਿਆਂ ਦਾ ਰਾਜਾ ਗੁਰੂਆਂ ਦਾ ਗੁਰੂ ਜਿਹਨੇ ਇੱਕ ਨੀ ਅਨੇਕਾਂ ਰਾਜੇ ਮਹਾਰਾਜੇ ਅਨੇਕਾਂ ਹੰਕਾਰੀਆਂ ਨੂੰ ਆਪਣੇ ਚਰਨਾਂ ਦੇ ਵਿੱਚ ਖਾ ਲਿਆ ਉਸ ਰਹਿਵਰ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਸੋ ਸਾਰੀਆਂ ਸੰਤਾਂ ਵੱਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਪਾ ਦਿੰਦੇ ਹਾਂ ਗੁਰੂ ਘਰ ਦੇ ਪ੍ਰੀਤਮਾਨ ਸੇਵਾਦਾਰ ਸ਼੍ਰੀਮਾਨ ਸ਼੍ਰੀ ਰਾਮ ਦਿਆਲ ਜੀ ਇਹਨਾਂ ਦੇ ਜੀਵਨ ਸਾਥੀ ਬੀਬੀ ਅਮਰਜੀਤ ਕੌਰ ਜੀ ਔਰ ਇਹਨਾਂ ਦੀ ਪਿਆਰੀ ਫੁੱਲਵਾੜੀ ਦੀਪਕ ਜੀ ਤੇ ਬਲਜਿੰਦਰ ਜੀ ਜੀਵਨ ਸਾਥੀ ਸੋਨੀਆ ਰਾਵੀ ਮਨਪ੍ਰੀਤ ਪੋਤਾ ਪੋਤੀ ਇਸ਼ਾਨ ਤੇ ਪਰਮਜੋਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਚ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਸਤਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਨੇਕ ਮਾਈ ਬਰਕਤ ਪਾਵੇ ਧਨ ਦੁੱਗਣੀ ਰਾਜ ਚ ਆਪਣੀ ਤਰੱਕੀ ਬਖਸ਼ੇ ਆਉਣ ਵਾਲਾ ਸਮਾਂ ਸੁੱਖਾਂ ਭਰਿਆਵੇ ਸੁੱਖਾਂ ਭਰਿਆ ਬਤੀਤ ਹੋਵੇ ਖੁਸ਼ੀਆਂ ਭਰਿਆਵੇ ਰਲ ਮਿਲ ਕੇ ਸਾਰਾ ਪਰਿਵਾਰ ਖੁਸ਼ੀਆਂ ਦੇ ਕਾਰਜ ਕਰਦੇ ਰਹਿਣ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰਭੈ